जिस पंजाबी देखते हुए सारे दर्शकों ने मेरे वालों प्यार भरी सत श्री अकाल तुहाडा स्वागत प्रोग्राम लॉ गाइड लाइव विद अटर्नी जसप्रीत सिंह। सब तो पहले मैं सारे नूं कहना चाहूँगी ये प्रोग्राम बिल्कुल लाइव तुहाडे नाल पेश कर रहे हैं, बट ये तुहाडी अनफॉर्चुनेटली कॉल्स नहीं लेंदे बिकॉज इनफॉर्मेशन इन्नी ज़्यादा होंदी है। बट तुहाडे कोई भी इमीग्रेशन लीगल रिलेटेड क्वेश्चंस जरूर हेठ लिखे नंबर्स से डायरैक्टली कॉल करके अपनी इनफॉर्मेशन लै सकते हो। तो ऑफकोर्स जिथे लॉ गाइड लाइव की गल आती है उत्थे साडे नाल जुड़े हैं एक बारी फिर जसप्रीत सिंह जी, अटर्नी एट लॉ फ्रॉम कैलिफोर्निया। जसप्रीत जी तुहाडा प्रोग्राम दे विच स्वागत, सत श्री अकाल। हां जी, सत श्री अकाल जी सारेयां नूं। जी जसप्रीत जी, गुड टू हैव यू बैक। हर हफ्ते लाइव तुसीं सानूं अपडेट्स देंदे हो, कुछ कमेंटरी आपां डिस्कस करदे आं कि खबरां हेडलाइंस विच की कुछ नहीं हो रहा। तो बहुत एक्साइटिंग साल है खास करके लॉ ले पॉलिटिक्स ले एंड काफ़ी चीज़ां डिवेलप हो रही हैं। बट लेट्स स्टार्ट विद इमीग्रेशन, जो तुहाडी खासियत हैगी, तुहाडी एक्सपर्टीज़ इस फील्ड विच है, किन्ने सदियां दा तुसीं लॉ प्रैक्टिस कर रहे हो इस फील्ड विच। जसप्रीत जी, जिथे H1 नूं लैके काफ़ी पाबंदियां इस ट्रंप एडमिनिस्ट्रेशन ने रीसेंटली अनाउंस कीतियां, ओदे बारे कुछ अपडेट्स तुसी अज सानू दस सकदे हो, की कुछ अपडेट्स हन? हां जी, H1 नु लैके एक तां आपां नू पता ही है वी आपां पिछे दसदे आए आ कि इन्हां ने जिहड़ा इमीग्रेशन बैन लाया होया ओदे विच जिथे इमीग्रेंट वीजे दीआं कैटेगरीज हैगीआं, जिस तरह US सिटीजन दे मां-बाप दी कैटेगरी होगी, भैण भरा दी कैटेगरी होगी, मैरिड बच्चों की होगी, ओवर 21 अनमैरिड, ओवर 21 ग्रीन कार्ड होल्डर दे स्पाउसेस हो गए, ਉਹਦੇ ਨਾਲ ਨਾਲ ਜਿਹੜੇ ਨੌਨ ਇਮੀਗ੍ਰੈਂਟ ਵੀਜ਼ੇ ਆ ਜਿਵੇਂ H1 ਹੋ ਗਿਆ, L1 ਵੀਜ਼ਾ ਹੋ ਗਿਆ, J1 ਸਟੂਡੈਂਟ ਵੀਜ਼ਾ, ਉਹਨਾਂ ਤੇ ਵੀ ਇਹਨਾਂ ਨੇ ਬੈਨ ਲਾਇਆ ਸੀ। ਉਹ ਦਸੰਬਰ ਤੱਕ ਹੈਗਾ ਬੈਨ। ਤੇ ਉਹਦੇ ਨਾਲ ਨਾਲ ਹੁਣ ਜਿਹੜੀ ਗੱਲ ਸੁਣਨ 'ਚ ਮਿਲੀ ਆ ਉਹ ਇਹ ਹੈਗੀ ਆ ਕਿ ਇਹ ਰੈਗੂਲੇਸ਼ਨ ਲਿਆ ਰਹੇ ਨੇ, ਜਿਹੜਾ H1 ਹੈਗਾ ਵੀਜ਼ੇ ਨੂੰ ਕਾਫੀ ਜ਼ਿਆਦਾ ਜਿਹੜਾ ਉਹਦਾ ਦਾਇਰਾ ਹੈਗਾ ਉਹਨੂੰ ਸੀਮਿਤ ਕਰਨ ਲਈ, ਕਾਫੀ ਟਾਈਟ ਕਰਨ ਵਾਸਤੇ ਜੀ। ਉਹਦੇ 'ਚ ਬੇਸਿਕਲੀ ਇਹ ਕੀ ਕਰ ਰਹੇ ਆ, ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਆ ਉਹ 'ਚ ਹੁੰਦਾ ਵੀ ਤੁਸੀਂ ਆਕੂਪੇਸ਼ਨ ਜਿਹੜਾ H1 ਵਾਸਤੇ ਜਿਹੜੀ ਆਕੂਪੇਸ਼ਨ ਹੈਗੀ ਸਪੈਸ਼ਲਿਟੀ ਆਕੂਪੇਸ਼ਨ ਹੋਣੀ ਚਾਹੀਦੀ ਆ ਜੀ। ਤੇ ਉਹ ਸਪੈਸ਼ਲਿਟੀ ਆਕੂਪੇਸ਼ਨ ਦੀ ਜਿਹੜੀ ਡੈਫੀਨੇਸ਼ਨ ਆ ਉਹਨੂੰ ਚੇਂਜ ਕਰ ਰਹੇ ਆ। ਤੇ ਉਹਦੇ ਨਾਲ ਕੀ ਹੋਏਗਾ ਵੀ ਇਹ ਮਤਲਬ ਕਾਫੀ ਜ਼ਿਆਦਾ ਸਟ੍ਰਿਕਟ ਹੋਣ ਕਰਕੇ ਬਹੁਤ ਘੱਟ ਬੰਦੇ ਇਹਦੇ 'ਚ ਕੁਆਲੀਫਾਈ ਕਰਨਗੇ, ਮਤਲਬ ਫਿਊਚਰ 'ਚ। ਉਹ ਅਜੇ ਰੈਗੂਲੇਸ਼ਨ ਆਏ ਨਹੀਂ ਪਰ ਉਹ ਹੁਣ ਫਾਈਨਲ ਸਟੇਜਸ 'ਚ ਆ ਤੇ ਪਤਾ ਲੱਗ ਰਿਹਾ ਵੀ ਸ਼ਾਇਦ ਆ ਇਸ ਮਹੀਨੇ ਦੇ ਐਂਡ ਜਾਂ ਅਗਲੇ ਮਹੀਨੇ ਤੱਕ ਉਹ ਇਹ ਪਬਲਿਸ਼ ਕਰ ਦੇਣ। ਤੇ ਉਹ ਉਸੇ ਉਹੀ ਕੜੀ ਆ ਜਿਵੇਂ ਸ਼ੁਰੂ ਤੋਂ ਇਹਨਾਂ ਦੀ ਹੈਗੀ ਆ ਕਿ ਇਮੀਗ੍ਰੇਸ਼ਨ ਦੇ ਅੱਡ ਅੱਡ ਜਿਹੜੇ ਚੀਜ਼ਾਂ ਨੇ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨਸ ਲਾਉਣੀਆਂ, ਸੋ ਉਹਨੂੰ ਫਰਦਰ ਕਰਨ ਵਾਸਤੇ ਇੱਕ ਸਟੈਪ ਇਹ ਆ ਹੁਣ ਕਿ H1 ਦਾ ਜਿਹੜੇ ਬੰਦੇ ਨੂੰ ਕੁਆਲੀਫਾਈ ਕਰਦੇ ਆ ਉਹਦੇ 'ਚ ਹੀ ਥੋੜ੍ਹੀ ਸਖਤੀ ਕੀਤੀ ਜਾਵੇ ਵੀ ਤਾਂ ਕਿ ਜਿਹੜੀ ਇਹਦੇ ਵਾਸਤੇ ਘੱਟ ਬੰਦੇ ਕੁਆਲੀਫਾਈ ਕਰਨ। ਤੇ ਇੱਕ ਇਹ ਆ, ਇਸ ਤੋਂ ਇਲਾਵਾ ਜਿਹੜਾ ਦੂਜਾ ਹੈਗਾ ਉਹ ਇਹ ਆ ਕਿ ਜਿਹੜੀ ਇੱਕ ਹੋਰ ਇਹਨਾਂ ਦਾ ਨਵਾਂ ਪ੍ਰਪੋਜ਼ਡ ਰੂਲ ਆ ਜਿਹੜਾ ਅਜੇ ਲਾਗੂ ਨਹੀਂ ਹੋਇਆ ਪਰ ਐਡਮਿਨਿਸਟ੍ਰੇਸ਼ਨ ਕਰਨ ਜਾ ਰਹੀ ਆ, ਉਹ ਆ ਫਿੰਗਰਪ੍ਰਿੰਟਸ ਬਾਰੇ। ਹੁਣ ਜਿਹੜੇ ਫਿੰਗਰਪ੍ਰਿੰਟਸ ਨੇ ਉਹ ਆਪਾਂ ਸਾਰਿਆਂ ਨੂੰ ਪਤਾ ਵੀ ਜਿਹੜੇ ਬਾਇਓਮੈਟ੍ਰਿਕਸ ਜਿਹਨੂੰ ਕਹਿੰਦੇ ਆਪਾਂ, ਉਹ 14 ਈਅਰ ਤੋਂ ਘੱਟ ਬੱਚਿਆਂ ਦੇ ਨਹੀਂ ਹੁੰਦੇ, ਜਿਹੜੇ ਓਵਰ 14 ਆ ਉਹਨਾਂ ਦੇ ਹੁੰਦੇ ਆ। ਤੇ ਇਹ ਹੁਣ ਜਿਹੜੇ 14 ਸਾਲ ਤੋਂ ਘੱਟ ਬੱਚੇ ਆ ਉਹਨਾਂ ਦੇ ਵੀ ਬਾਇਓਮੈਟ੍ਰਿਕਸ ਕਰਨ ਜਾ ਰਹੇ ਆ, ਮਤਲਬ ਚਾਹੇ 2 ਸਾਲ ਦਾ ਬੱਚਾ ਹੋਵੇ ਉਹਦੇ ਵੀ ਬਾਇਓਮੈਟ੍ਰਿਕਸ ਹੋਣਗੇ ਜੀ। ਤੇ ਉਹਦੇ ਨਾਲ ਨਾਲ ਇਹ ਜਿਹੜੇ ਉਹਨਾਂ ਦੇ ਅੱਖਾਂ ਦੇ ਮਤਲਬ ਜਿਹੜੇ ਹੈਗੇ ਇੰਪ੍ਰੈਸ਼ਨਸ ਉਹ ਵੀ ਲੈਣਗੇ, ਵੌਇਸ ਇੰਪ੍ਰੈਸ਼ਨ ਵੀ ਲੈਣਗੇ, ਤੇ ਉਹਨੂੰ ਇਹ ਮਤਲਬ ਕਾਫੀ ਜ਼ਿਆਦਾ ਸਟ੍ਰਿਕਟ ਕਰ ਰਹੇ ਆ। ਉਹਦੇ ਨਾਲ ਨਾਲ ਜਿਹੜੀਆਂ ਫੈਮਿਲੀ ਪਟੀਸ਼ਨਸ ਨੇ ਜਿਵੇਂ I-130 ਪਟੀਸ਼ਨ ਅਸੀਂ ਕਰਦੇ ਆ ਆਪਣੇ ਭੈਣ ਭਰਾ ਲਈ, ਮਾਂ ਬਾਪ ਲਈ, ਮਤਲਬ ਰਿਲੇਟਿਵਸ ਵਾਸਤੇ ਜਿਹੜੇ ਮਤਲਬ ਬਲੱਡ ਰਿਲੇਟਿਵਸ ਨੇ, ਉਹਦੇ ਵਿੱਚ ਅੱਗੇ ਇਹ ਸਟੈਂਡਰਡ ਨਹੀਂ ਸੀਗਾ ਕਿ DNA ਹੋਵੇ। DNA ਤਾਂ ਹੁੰਦਾ ਸੀ ਜੇ ਜਿਹੜੀ ਐਵੀਡੈਂਸ ਆ ਉਹ ਜਿਵੇਂ ਹੁਣ ਕਿਸੇ ਦਾ ਬਰਥ ਸਰਟੀਫਿਕੇਟ ਮੌਕੇ 'ਤੇ ਨਹੀਂ ਹੋਇਆ ਰਜਿਸਟਰ 20 ਸਾਲ ਬਾਅਦ ਜਾ ਕੇ ਹੋਇਆ, ਅਤੇ ਉਹਦੇ 'ਚ ਜਾਂ ਹੈ ਹੀ ਨਹੀਂ ਬਰਥ ਸਰਟੀਫਿਕੇਟ, ਕਈਆਂ ਦਾ ਹੁੰਦਾ ਹੀ ਨਹੀਂ ਜਿਹੜੇ ਬੰਦੇ ਹੁਣ ਓਲਡ ਨੇ, ਉੱਥੇ ਹੁੰਦਾ ਸੀ DNA। ਹੁਣ ਇਹਨਾਂ ਨੇ ਸਟੈਂਡਰਡ ਕਰਤਾ ਵੀ ਹਰੇਕ ਦਾ ਹੀ DNA ਹੋਏਗਾ, ਚਾਹੇ ਉਹ ਮਤਲਬ ਉਹਦੇ ਕੋਲ ਪ੍ਰੂਫ ਹੈ ਜਾਂ ਨਹੀਂ, ਪਰ DNA ਜ਼ਰੂਰੀ ਹੈ। ਚਲੋ ਇਹਦੇ 'ਚ ਇੱਕ ਤਾਂ ਹੈ ਵੀ ਚਲੋ ਜਿਹੜਾ ਫਰੋਡ ਆ ਉਹ ਰੋਕਣ ਲਈ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੰਦੇ ਐਵੇਂ ਕਿਸੇ ਦਾ ਅਪਲਾਈ ਕਰ ਦਿੰਦੇ ਆ ਵੀ ਉਹ ਮਤਲਬ ਸਾਬਤ ਹੋਵੇ ਵੀ ਰੀਅਲ ਰਿਲੇਸ਼ਨਸ਼ਿਪ ਆ, ਪਰ ਇਹਦੇ ਨਾਲ ਨਾਲ ਜਿੱਥੇ ਲੋਡ ਵੀ ਨਹੀਂ DNA ਦੀ, ਜਿਹੜੀ ਰਿਲੇਸ਼ਨਸ਼ਿਪ ਮਤਲਬ ਵੈਸੇ ਹੀ ਪ੍ਰੂਵਡ ਆ, ਉੱਥੇ ਵੀ DNA ਕਰਨਾ, ਉਹਦਾ ਨੁਕਸਾਨ ਇਹ ਹੋਏਗਾ ਡਿਲੇ ਹੋਏਗੀ ਅਤੇ ਨਾਲ ਦੀ ਨਾਲ ਖਰਚਾ ਬਹੁਤ ਹੋਏਗਾ। ਇੱਕ DNA ਕਰਾਉਣ ਦਾ $700-800 ਦਾ ਖਰਚਾ ਆ ਜਾਂਦਾ, ਅਤੇ ਹੁਣ ਦੇਖੋ ਵੀ ਕਿੰਨੇ ਬੰਦਿਆਂ ਦੇ DNA ਕਰਾਉਣੇ ਪੈਣਗੇ। ਅਤੇ ਇਹ ਵੀ ਇੱਕ ਨਵੀਂ ਚੇਂਜ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਐਡਮਿਨਿਸਟ੍ਰੇਸ਼ਨ ਕਰੇਗੀ। ਤੇ ਇਹਦੇ ਨਾਲ ਨਾਲ ਜਿਹੜੀ ਇੱਕ ਹੋਰ ਡਿਵੈਲਪਮੈਂਟ ਹੋਈ ਆ ਉਹ ਇਹ ਆ ਕਿ
कि जिहड़े इत्थे बॉर्डर क्रॉस करके बंदे आउंदे उहनां दे नाल जिहड़े छोटे बच्चे आउंदे आ उहनां दा इह उहनां नूं होटलां 'च रखदे आ ਤੇ ਉਹ ਇੱਕ ਲਾਸ ਐਂਜਲਸ ਦੇ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਲਾਸਟ ਵੀਕ ਇੱਕ ਆਰਡਰ ਕੀਤਾ ਕਿ ਤੁਸੀਂ ਬੱਚਿਆਂ ਨੂੰ ਜ਼ਿਆਦਾ ਦੇਰ ਹੋਟਲਾਂ 'ਚ ਨਹੀਂ ਰੱਖ ਸਕਦੇ ਕਿਉਂਕਿ ਇੱਕ ਬਹੁਤ ਸਾਲ ਪਹਿਲਾਂ ਅਗਰੀਮੈਂਟ ਹੋਈ ਸੀ ਜਿਹੜੇ ਇਮੀਗ੍ਰੇਸ਼ਨ ਦੇ ਗਰੁੱਪਸ ਨੇ ਇਮੀਗ੍ਰੇਸ਼ਨ ਦੇ ਐਡਵੋਕੇਟਸ ਦੀ ਅਤੇ ਗਵਰਨਮੈਂਟ ਦੀ ਉਹਨੂੰ ਕਹਿੰਦੇ ਫਲੋਰਿਸ ਅਗਰੀਮੈਂਟ ਉਹਦੇ ਵਿੱਚ ਇਹ ਸੀਗਾ ਵੀ ਤੁਸੀਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਨਿੱਕੇ ਨਿੱਕੇ ਇਹ ਇੱਕ ਇੱਕ ਸਾਲ 2 ਸਾਲ ਦੇ ਬੱਚਿਆਂ ਨੂੰ ਵੀ ਹੋਟਲਾਂ 'ਚ ਰੱਖਦੇ ਆ ਅਤੇ ਉਹਨਾਂ ਨੂੰ ਤੁਸੀਂ ਨਹੀਂ ਰੱਖ ਸਕਦੇ ਤੁਸੀਂ ਉਹਨਾਂ ਨੂੰ ਜਿਹੜੀਆਂ ਪ੍ਰੋਪਰ ਬੱਚਿਆਂ ਦੀਆਂ ਡਿਟੈਂਸ਼ਨ ਫੈਸਿਲਿਟੀਜ਼ ਨੇ ਜਿੱਥੇ ਕੇਅਰ ਜ਼ਿਆਦਾ ਹੁੰਦੀ ਉੱਥੇ ਰੱਖੋ ਜਾਂ ਉਹਨਾਂ ਦੇ ਮਾਂ ਬਾਪ ਨਾਲ ਰੱਖੋ ਉਹਨਾਂ ਨੂੰ ਅੱਡ ਕਰਕੇ ਨਾ ਰੱਖੋ ਅਤੇ ਉਹ ਹੁਣ ਉਹ ਜੱਜ ਨੇ ਆਰਡਰ ਕੀਤਾ ਵੀ ਜਿੰਨੇ ਵੀ ਬੱਚੇ ਹੋਟਲਾਂ 'ਚ ਹੈਗੇ ਆ ਬੜੀ ਦੇਰ ਤੋਂ ਇਹਨਾਂ ਨੂੰ ਤੁਸੀਂ ਉੱਥੇ ਆਪਣੇ ਜਿਹੜੇ ਇਹਨਾਂ ਦੇ ਮਤਲਬ ਜਿਹੜੀਆਂ ਫੈਸਿਲਿਟੀਜ਼ ਹੈ ਕਿਉਂਕਿ ਬੱਚਿਆਂ ਦੀਆਂ ਅਲੱਗ ਫੈਸਿਲਿਟੀਜ਼ ਨੇ ਇੱਥੇ ਅਮੈਰੀਕਾ 'ਚ ਜੀ ਜਿੱਥੇ ਜ਼ਿਆਦਾ ਸਮਝਿਆ ਜਾਂਦਾ ਵੀ ਕੇਅਰ ਹੁੰਦੀ ਹੈ ਉਹਨਾਂ ਦੀ ਜਿਵੇਂ ਸ਼ਿਕਾਗੋ ਵੀ ਸੈਂਟਰ ਹੈ ਇੱਕ ਹੋਰ ਥਾਵਾਂ 'ਤੇ ਵੀ ਉੱਥੇ ਲੈ ਕੇ ਜਾਓ ਇਹਨਾਂ ਨੂੰ ਅਤੇ ਉਹ ਵੀ ਇੱਕ ਨਵੀਂ ਰੂਲਿੰਗ ਆਈ ਆ ਅਤੇ ਉਹਦੇ 'ਚ ਹੁਣ ਦੇਖਦੇ ਆ ਵੀ ਉਹਨੂੰ ਕਿਸ ਤਰ੍ਹਾਂ ਹੁਣ ਲਾਗੂ ਕਰਦੇ ਆ ਜਾਂ ਉਹਦੀ ਕੋਈ ਅਪੀਲ ਕਰਦੇ ਆ ਸਰਕਟ ਕੋਰਟ ਦੇ ਵਿੱਚ ਇਹ ਗੱਲ ਦੇਖਣ ਵਾਲੀ ਹੋਏਗੀ ਜੀ ਜੀ ਤੇ ਜਸਪ੍ਰੀਤ ਜੀ ਜਿੱਥੇ ਤੁਸੀਂ ਨੋਨ ਡਿਟੇਨਡ ਹੀਅਰਿੰਗਸ ਦੀ ਗੱਲ ਕੀਤੀ ਕੁਛ ਇਮੀਗ੍ਰੇਸ਼ਨ H1 ਅਪਡੇਟਸ ਦੀ ਗੱਲ ਕੀਤੀ ਇੱਕ ਹੋਰ ਚੀਜ਼ ਆਪਾਂ ਲਾਸਟ ਵੀਕ ਵੀ ਲੋਕਾਂ ਨਾਲ ਡਿਸਕਸ ਕੀਤੀ ਸੀ ਉਹ ਸੀਗੀ ਜੋ ਜਦੋਂ ਤੁਸੀਂ ਇਮੀਗ੍ਰੇਸ਼ਨ ਦਾ ਆਪਣਾ ਪ੍ਰੋਸੈਸ ਸ਼ੁਰੂ ਕਰਦੇ ਹੋ ਭਾਵੇਂ ਤੁਸੀਂ ਅਪਲਾਈ ਕਰ ਰਹੇ ਹੋ ਤੁਸੀਂ ਗ੍ਰੀਨ ਕਾਰਡ ਆ ਗਿਆ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰੋ ਵੱਖ ਵੱਖ ਤੁਹਾਨੂੰ ਫੀਸ ਦੇਣੀਆਂ ਪੈਂਦੀਆਂ ਅਤੇ ਇਸ ਚੀਜ਼ ਨੂੰ ਲੈ ਕੇ ਵੀ ਗਵਰਨਮੈਂਟ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਕੁਛ ਚੇਂਜਿਸ ਅਨਾਊਂਸ ਹੋਏ ਸਨ ਕਿ ਫੀਸ ਦੀ ਮਤਲਬ ਤੁਹਾਡਾ ਅਸੈਂਸ਼ਲੀ ਤੁਹਾਡਾ ਖਰਚਾ ਇੱਥੇ ਇਨਕਰੀਜ਼ ਹੋ ਰਿਹਾ ਅਤੇ ਇਹਦੇ ਬਾਰੇ ਆਈ ਥਿੰਕ ਕੁਛ ਰਿਟੈਲੀਏਸ਼ਨ ਹੁਣ ਸਾਨੂੰ ਵੇਖਣ ਨੂੰ ਮਿਲ ਰਹੀ ਹੈ ਦੇਖੋ ਇਹਦਾ ਇਸ ਤਰ੍ਹਾਂ ਹੈਗਾ ਕਿ ਜਿਹੜੀ ਇਹਨਾਂ ਨੇ ਫੀ ਇਨਕਰੀਜ਼ ਕਰਨੀ ਹੈ ਅਕਟੂਬਰ 2 ਤੋਂ ਉਹ ਫੀ ਇਨਕਰੀਜ਼ ਜਿਹੜੀ ਆ ਉਹ ਕਿਸੇ ਕ੍ਰਾਈਟੇਰੀਆ ਦੇ ਬੇਸ ਨਹੀਂ ਹੈਗੀ ਜਿਵੇਂ ਆਮ ਹੁੰਦਾ ਸੀ ਵੀ ਤੁਸੀਂ ਸਾਰੀਆਂ ਫੀਸ ਹੀ 10% ਜਾਂ 15% ਇਨਕਰੀਜ਼ ਕਰ ਦਿਓ ਉਹ ਗੱਲ ਨਹੀਂ ਹੈਗੀ ਇਹਦੇ 'ਚ ਕਈ ਕੈਟੇਗਰੀਆਂ ਦੀ ਫੀਸ ਤਾਂ ਬਹੁਤ ਘੱਟ ਇਨਕਰੀਜ਼ ਕੀਤੀ ਗਈ ਆ $20 $25 $30 ਕਈਆਂ ਕੈਟੇਗਰੀਜ਼ ਦੀ ਫੀਸ ਵੀ $25 ਘੱਟ ਵੀ ਕੀਤੀ ਗਈ ਆ ਪਰ ਕਈਆਂ ਦੀ ਜਿਹੜੀ ਫੀਸ ਆ ਉਹ ਬਹੁਤ ਜ਼ਿਆਦਾ ਵਧਾਤੀ ਆਲਮੋਸਟ ਡਬਲ ਕਰਤੀ ਆ ਜਿਵੇਂ ਹੁਣ ਸਿਟੀਜ਼ਨਸ਼ਿਪ ਦੀ ਜਿਹੜੀ ਫੀਸ ਆ ਉਹ ਇਹਨਾਂ ਨੇ ਮਤਲਬ ਕਾਫੀ ਜ਼ਿਆਦਾ ਵਧਾਤੀ ਆ ਨਾਲੇ ਉਹਦੇ ਵਿੱਚ ਜਿਹੜਾ ਇੱਕ ਫੀ ਵੇਵਰ ਅਪਲਾਈ ਹੁੰਦਾ ਸੀ ਜਿਹਨਾਂ ਦੀ ਇਨਕਮ ਹੈ ਨਹੀਂ ਜਾਂ ਜਿਹੜੇ ਬੰਦੇ ਲੋਅ ਇਨਕਮ ਵਾਲੇ ਆ ਜਾਂ ਡਿਪੈਂਡੈਂਟਸ ਨੇ ਕਿਸੇ ਦੇ ਪੇਰੈਂਟਸ ਉਹੋ ਜਿਹੜੇ ਬੰਦੇ ਆ ਉਹ ਅੱਗੇ ਫੀ ਵੇਵਰ ਕਰਕੇ ਤੁਹਾਨੂੰ ਮਾਫ਼ ਕਰਾ ਲੈਂਦੇ ਸੀਗੇ ਆਪਣੀ ਫੀਸ ਨੂੰ ਉਹ ਵੀ ਇਹਨਾਂ ਨੇ ਖਤਮ ਕਰਤਾ ਹੁਣ ਉਹਦੇ ਨਾਲ ਨਾਲ ਜਿਹੜੀ ਸੈਲਮ ਐਪਲੀਕੇਸ਼ਨ ਆ ਉਹ ਅੱਗੇ ਫ੍ਰੀ ਸੀਗੀ ਉਹਦੀ ਕੋਈ ਮਤਲਬ ਗਵਰਨਮੈਂਟ ਦੀ ਫੀਸ ਨਹੀਂ ਸੀਗੀ ਉਹ ਹੁਣ ਜਿਹੜੀ $50 ਲਾਤੀ ਆ ਉਹਦੇ ਨਾਲ ਨਾਲ ਜਿਹੜਾ ਇਨੀਸ਼ੀਅਲ ਵਰਕ ਪਰਮਿਟ ਸੀ ਜਦੋਂ ਸੈਲਮ ਵਾਲਿਆਂ ਦਾ ਟਾਈਮ ਪੂਰਾ ਹੋ ਜਾਂਦਾ 180 ਦਿਨ ਅਤੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਪਹਿਲਾਂ ਹੈਗਾ ਉਹ ਉਹਦੀ ਕੋਈ ਗਵਰਨਮੈਂਟ ਦੀ ਫੀਸ ਨਹੀਂ ਹੁੰਦੀ ਉਹ ਵੀ ਲਾਤੀ ਵੀ ਉਹ ਵੀ ਜਿਹੜੀ ਆਪਾਂ ਨੂੰ ਦੇਣੀ ਪਊਗੀ ਸਾਰਿਆਂ ਨੂੰ ਉਹਦੇ ਨਾਲ ਨਾਲ ਜਿਹੜਾ ਸੈਲਮ ਦਾ ਹੁਣ ਤੁਹਾਨੂੰ ਪਤਾ ਹੀ ਆ ਵੀ ਜਿਹੜਾ 6 ਮਹੀਨੇ 'ਚ ਮਿਲਦਾ ਸੀ ਵਰਕ ਪਰਮਿਟ ਉਹ ਵਧਾ ਕੇ ਟਾਈਮ 1 ਸਾਲ ਦਾ ਕਰਤਾ ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਅਤੇ ਉਹ ਅਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹਦੇ ਵਾਸਤੇ ਹੁਣ ਇਹ ਆ ਵੀ ਜਿਹੜੀਆਂ ਕਈ ਔਰਗਨਾਈਜੇਸ਼ਨਸ ਨੇ ਜਿਹਨਾਂ ਵਿੱਚ ਏਲਾ ਵੀ ਹੈਗੀ ਆ ਅਮੈਰੀਕਨ ਇਮੀਗ੍ਰੇਸ਼ਨ ਲੋਇਰ ਐਸੋਸੀਏਸ਼ਨ ਮੈਂ ਵੀ ਮੈਂਬਰ ਹਾਂ ਉਹਦਾ ਹੋਰ ਵੀ ਹੈਗੀਆਂ ਬਥੇਰੀਆਂ ਉਹਨਾਂ ਨੇ ਮਤਲਬ ਇਕੱਠੇ ਹੋ ਕੇ ਅਤੇ ਲਾਅ ਸੂਟ ਮਤਲਬ ਉਹ ਕਰਨ ਜਾ ਰਹੇ ਨੇ ਵੀ ਜਿਹੜੀ ਇਹ ਫੀ ਇਨਕਰੀਜ਼ ਆ ਇਹਦਾ ਕੋਈ ਆਧਾਰ ਨਹੀਂ ਹੈਗਾ ਇਹ ਜਿਹੜੀ ਗਵਰਨਮੈਂਟ ਦੀ ਪੋਲਿਸੀ ਆ ਕਿ ਇਮੀਗ੍ਰੇਸ਼ਨ ਨੂੰ ਜਿਹੜਾ ਹੈਗਾ ਉਹ ਰਿਸਟ੍ਰਿਕਟ ਕੀਤਾ ਜਾਵੇ ਉਹਨੂੰ ਇਹ ਅੱਗੇ ਵਧਾਉਣ ਵਾਸਤੇ ਆ ਕਿਉਂਕਿ ਇਹ ਟਾਰਗੇਟਡ ਆ ਉਹਨਾਂ ਕੈਟੇਗਰੀਜ਼ ਨੂੰ ਜਿਹੜੀਆਂ ਕੈਟੇਗਰੀਜ਼ ਦਾ ਸੰਬੰਧ ਸਿਟੀਜ਼ਨਸ਼ਿਪ ਜਾਂ ਗ੍ਰੀਨ ਕਾਰਡ ਨਾਲ ਆ ਵੀ ਜੇ ਹੁਣ ਫਰਜ਼ ਕਰੋ ਤੁਸੀਂ ਜਿਵੇਂ ਹੁਣ ਐਡਜਸਟਮੈਂਟ ਆਫ ਸਟੇਟਸ ਕਰਨਾ ਤਾਂ ਐਡਜਸਟਮੈਂਟ ਆਫ ਸਟੇਟਸ ਦੀ ਜਿਹੜੀ ਫੀਸ ਆ ਉਹ ਅੱਜ ਕੱਲ੍ਹ 1,225 ਆ ਫਿੰਗਰਪ੍ਰਿੰਟ ਪਾ ਕੇ ਲੇਕਿਨ ਉਹਦੇ ਵਿੱਚ ਜਿਹੜਾ ਵਰਕ ਆਥੋਰਾਈਜੇਸ਼ਨ ਆ ਟਰੈਵਲ ਡਾਕੂਮੈਂਟ ਆ ਉਹਦੀ ਕੋਈ ਵੱਖਰੀ ਫੀਸ ਨਹੀਂ ਹੈਗੀ ਇਨਕਲੂਡਿਡ ਆ ਹੁਣ ਜਿਹੜਾ ਹੋਊਗਾ ਅੱਗੇ ਤੋਂ ਉਹ ਇਹ ਆ ਵੀ ਜਿਹੜਾ ਟਰੈਵਲ ਡਾਕੂਮੈਂਟ ਤੇ ਵਰਕ ਪਰਮਿਟ ਕਿਸੇ ਨੇ ਕਰਨਾ ਉਹਦੀ ਫੀਸ ਐਕਸਟਰਾ ਲੱਗੂਗੀ ਉਹ ਵਿੱਚ ਪਾ ਕੇ 2,000 ਤੋਂ ਉੱਪਰ ਇਹਦੀ ਫੀਸ ਹੋ ਜਾਣੀ ਹੈ ਉਹਦੇ ਨਾਲ ਨਾਲ ਜਿਹੜਾ ਹੁਣ ਜਿਵੇਂ ਸਿਟੀਜ਼ਨਸ਼ਿਪ ਆਪਾਂ ਦੱਸਿਆ ਉਹਦੀ ਹੁਣ 725 ਆ ਉਹ ਵੱਧ ਕੇ 1,100 ਦੇ ਮਤਲਬ ਗੇਟ 'ਚ ਹੋ ਰਹੀ ਆ ਉਹ ਵੀ ਵੱਧ ਰਹੀ ਇੱਦਾਂ ਦੀਆਂ ਜਿਹੜੀਆਂ ਫਿਰ H1 ਦੀ ਫੀਸ ਕਾਫੀ ਵੱਧ ਰਹੀ ਆ ਤੇ ਉਹਦੇ ਬਾਰੇ ਜਿਹੜੇ ਮਤਲਬ ਸਾਰੇ ਹੈਗੇ ਆ ਇਮੀਗ੍ਰੇਸ਼ਨ ਦੇ ਜਿਹੜੇ ਐਡਵੋਕੇਟਸ ਨੇ ਜਾਂ ਗਰੁੱਪਸ ਨੇ ਇਮੀਗ੍ਰੇਸ਼ਨ ਦੇ ਜਾਂ ਅਟਰਨੀਜ਼ ਕਹਿ ਲਓ ਇਮੀਗ੍ਰੇਸ਼ਨ ਦੇ ਸਾਡੇ ਉਹ ਕਾਫੀ ਚਿੰਤਤ ਨੇ ਵੀ ਇਹਦਾ ਕੀ ਕ੍ਰਾਈਟੇਰੀਆ ਮਤਲਬ ਕਿਹੜੇ ਹਿਸਾਬ ਨਾਲ ਵਧਾਈ ਗਈ ਆ ਫੀਸ ਉਹਦੇ ਕਰਕੇ ਲਾਅ ਸੂਟ ਹੋ ਰਿਹਾ ਇੱਕ ਨਾਲੇ ਉਹਦਾ ਬੇਸਿਸ ਇਹ ਵੀ ਆ ਵੀ ਜਿਹੜਾ DHS ਦਾ ਹੋਮਲੈਂਡ ਜਿਹੜੀ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਦਾ ਜਿਹੜਾ ਸੈਕਟਰੀ ਆ ਉਹ ਅਜੇ
ਮਤਲਬ ਕਨਫਰਮਡ ਨਹੀਂ ਹੈਗਾ ਸੈਕਟਰੀ, ਉਹ ਐਕਟਿੰਗ ਹੀ ਆ ਜੀ, ਤੇ ਉਹ ਐਕਟਿੰਗ ਕਪੈਸਿਟੀ ਦੇ ਵਿੱਚ ਇਹ ਰੂਲ ਜਾਰੀ ਨਹੀਂ ਕਰ ਸਕਦਾ ਜੀ ਕਿਉਂਕਿ ਉਹਦੇ ਵਾਸਤੇ ਕਨਫਰਮਡ ਹੋਣਾ ਜ਼ਰੂਰੀ ਆ। ਇਹ ਵੀ ਇੱਕ ਬੇਸਿਸ ਆ, ਸੋ ਇਦਾਂ ਦੇ ਬੇਸਿਸ ਲੈ ਕੇ ਲਾਅ ਸੂਟ ਹੋਏਗਾ ਆਉਂਦੇ ਦਿਨਾਂ ਵਿੱਚ, ਤੇ ਦੇਖਦੇ ਆ ਤਾਂ ਕੋਰਟ 'ਚ ਕੀ ਰਿਲੀਫ ਮਿਲਦੀ ਹੈ। ਜੇ ਕਿਸੇ ਕੋਰਟ ਨੇ ਸਟੇ ਕਰਤਾ ਜੀ ਤਾਂ ਫਿਰ ਹੋ ਸਕਦਾ ਵੀ ਜਿਹੜੀਆਂ ਪੁਰਾਣੀਆਂ ਫੀਸਾਂ ਨੇ ਉਹੀ ਮਤਲਬ ਰਹਿ ਜਾਣ, ਇਹ ਹੋ ਸਕਦਾ ਜੀ। ਡੈਫੀਨੇਟਲੀ ਦੇਖ ਰਹੇ ਹਾਂ ਇਹ ਚੀਜ਼ ਕਿਸ ਤਰ੍ਹਾਂ ਪਲੇ ਆਊਟ ਹੁੰਦੀ ਹੈ। ਅਤੇ ਜਿੱਥੇ ਐਡਮਿਨਿਸਟ੍ਰੇਸ਼ਨ ਦੀ ਗੱਲ ਆਉਂਦੀ ਹੈ, ਉੱਥੇ ਸਾਨੂੰ ਇਹ ਵੀ ਸੁਣਨ ਨੂੰ ਮਿਲ ਰਿਹਾ, ਆਫਕੋਰਸ ਬਹੁਤ ਜ਼ਿਆਦਾ ਬੈਕਲੋਗ ਇਸ ਵੇਲੇ ਗਵਰਨਮੈਂਟ ਵਿੱਚ, ਉੱਦਾਂ ਹੀ ਚੱਲ ਰਿਹਾ ਕੋਵਿਡ ਦੇ ਕਲੋਜਰਸ ਨੂੰ ਲੈ ਕੇ। ਬਟ ਕੁਝ ਖਬਰਾਂ ਨਿਕਲੀਆਂ ਸੀ ਦੈਟ ਯੂ ਨੋ, ਮੈਂ ਸਿਰਫ ਤੁਹਾਡਾ ਕਮੈਂਟ ਚਾਹੁੰਦੀ ਹਾਂ ਇਸ ਚੀਜ਼ 'ਤੇ, ਕਿ ਕੁਝ ਲੋਕ ਜੋ ਲਾਈਨ ਵਿੱਚ ਲੱਗੇ ਹੋਏ ਆ ਜਿਨ੍ਹਾਂ ਦੀ ਸਿਟੀਜ਼ਨਸ਼ਿਪ ਦੀ ਕਨਫਰਮੇਸ਼ਨ ਹੋਣੀ ਸੀ, ਉਹ ਹੁਣ ਡਿਲੇ ਹੋ ਰਹੀ ਹੈ, ਅਤੇ ਕਈ ਲੋਕਾਂ ਨੂੰ ਇਹ ਡਰ ਹੈ ਕਿ ਉਹ ਜਾਣ ਬੁੱਝ ਕੇ ਡਿਲੇ ਹੋ ਰਹੀ ਹੈ ਤਾਂ ਕਿ ਉਹ ਇਸ ਨਵੰਬਰ ਤੱਕ ਸਿਟੀਜ਼ਨ ਨਾ ਬਣਨ, ਵੋਟ ਨਾ ਪਾ ਸਕਣ। ਇਹਦੇ 'ਚ ਕੋਈ ਤੁਹਾਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਹੋ ਸਕਦੀ ਹੈ, ਇਹ ਚੀਜ਼ ਮੁਮਕਿਨ ਵੀ ਹੈਗੀ, ਜਾਂ ਉੱਦਾਂ ਹੀ ਮਤਲਬ ਲੋਕਾਂ ਦਾ ਇਹ ਨਾਜਾਇਜ਼ ਡਰ ਹੈਗਾ ਜੋ ਇਸ ਵੇਲੇ ਪਲੇ ਆਊਟ ਹੋ ਰਿਹਾ? ਨਹੀਂ, ਜਾਣ ਬੁੱਝ ਕੇ ਡਿਲੇ ਤਾਂ ਨਹੀਂ ਹੈਗੀ, ਪਰ ਇਹ ਆ ਕਿ ਉਹਨੂੰ ਐਕਸਪੀਡਾਈਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਵੀ ਜਿੱਦਾਂ ਫਰਜ਼ ਕਰੋ ਹੁਣ ਜਿਹੜਾ ਹੁਣ ਕੋਵਿਡ ਕਰਕੇ ਇਹ ਆ ਕਿ ਜ਼ਿਆਦਾ ਬੰਦਿਆਂ ਦੀ ਇੰਟਰਵਿਊ ਨਹੀਂ ਹੁੰਦੀ। ਜਦੋਂ ਤੁਸੀਂ ਹੁਣ ਜਿਵੇਂ ਅੱਗੇ ਹੁੰਦਾ ਸੀ ਵੀ 50-60 ਬੰਦਿਆਂ ਦੀ ਇੰਟਰਵਿਊ ਇੱਕੋ ਟਾਈਮ 'ਤੇ ਹੁੰਦੀ ਸੀਗੀ, ਅਤੇ ਉਹ ਸਾਰੇ ਇੱਕ ਹਾਲ 'ਚ ਬੈਠ ਜਾਂਦੇ ਸੀ, ਉਹਨਾਂ ਨੂੰ ਫਿਰ ਇਕੱਲੇ ਇਕੱਲੇ ਨੂੰ ਬੁਲਾਉਂਦੇ ਸੀ। ਹੁਣ ਇਹ ਆ ਵੀ ਇਹ 10-12 ਬੰਦੇ ਅੰਦਰ ਲਿਜਾਂਦੇ ਆ, ਅਤੇ ਉਹਨਾਂ ਨੂੰ ਵੀ ਜਿਹੜਾ ਹੁੰਦਾ ਮਤਲਬ ਬੜੀ ਮਤਲਬ ਸਪੇਸ ਨਾਲ ਜਿਵੇਂ 3-3, 4-4 ਸੀਟਾਂ ਛੱਡ ਕੇ ਬਿਠਾਇਆ ਜਾਂਦਾ, ਅਤੇ ਉਹਦੇ ਕਰਕੇ ਵੀ 50 ਤੋਂ ਹੁਣ 10 ਇੰਟਰਵਿਊਆਂ ਰੋਜ਼ ਦੀਆਂ ਹੋਣੀਆਂ, ਅਤੇ ਉਹਦੇ ਨਾਲ ਫਿਰ ਬੈਕਲੋਗ ਤਾਂ ਵਧਣਾ ਹੀ ਆ। ਅਤੇ ਇਸ ਕਰਕੇ ਇਹਨਾਂ ਨੇ ਮਤਲਬ ਉਹਨੂੰ ਜਿਹੜਾ ਸਿਟੀਜ਼ਨਸ਼ਿਪ ਵਾਲਾ ਉਹਨੂੰ ਤੇਜ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਕੀ ਕੋਈ ਜਾਣ ਕੇ ਇੱਦਾਂ ਦੀ ਡਿਲੇ ਨਹੀਂ ਹੈਗੀ, ਵੀ ਇਹਨਾਂ ਨੇ ਕਿਹਾ ਵੀ ਆਹ ਸਾਲ ਕਿਸੇ ਨੂੰ ਸਿਟੀਜ਼ਨ ਨਾ ਬਣਾਓ, ਇੱਦਾਂ ਦੀ ਕੋਈ ਗੱਲ ਨਹੀਂ ਜੀ। ਲੇਕਿਨ ਉਹਦੇ ਵਾਸਤੇ ਕੋਈ ਇਹਨਾਂ ਨੇ ਇਹ ਐਫਰਟ ਨਹੀਂ ਕੀਤੀ ਵੀ ਇਹਨਾਂ ਨੂੰ, ਕਿਉਂਕਿ ਇਲੈਕਸ਼ਨ ਈਅਰ ਹੈਗਾ ਵੀ ਜੇ ਕਿਸੇ ਨੇ ਅਪਲਾਈ ਕੀਤੇ ਨੂੰ ਕਿਸੇ ਨੂੰ 8 ਮਹੀਨੇ ਹੋ ਗਏ, 10 ਮਹੀਨੇ ਹੋ ਗਏ, ਵੀ ਉਹਦੀ ਇੰਟਰਵਿਊ ਦਈਏ ਜੀ। ਤੇ ਉਹ ਰੁਟੀਨ 'ਚ ਹੀ ਆ ਵੀ ਚਾਹੇ ਹੁਣ ਜਦੋਂ ਵੀ ਆਏਗੀ ਆਏਗੀ। ਹੁਣ ਕਈਆਂ ਦੀਆਂ ਆ ਵੀ ਰਹੀਆਂ ਨੇ ਇੰਟਰਵਿਊ, ਐਸੀ ਗੱਲ ਨਹੀਂ ਜੀ। ਮਤਲਬ ਮੈਂ ਕਈ ਜਿਹੜੀਆਂ ਪਿਛਲੇ 1-2 ਮਹੀਨੇ ਸਿਟੀਜ਼ਨਸ਼ਿਪ ਦੀ ਇੰਟਰਵਿਊ ਅਸੀਂ ਆਪ ਕਰਾਈਆਂ, ਤੇ ਜਿਨ੍ਹਾਂ ਦੇ ਕੇਸ ਅਪਲਾਈ ਆਹ ਸਾਲ ਦੇ ਸ਼ੁਰੂ 'ਚ ਹੋਏ ਸੀਗੇ ਜੀ, ਤੇ ਕਈਆਂ ਨੇ ਉਸ ਟਾਈਮ ਤੇ ਕੀਤੇ ਸੀ, ਦਸੰਬਰ 'ਚ ਵੀ ਕੀਤੇ ਸੀ, ਪਿਛਲੇ ਸਾਲ ਜਨਵਰੀ ਉਹਨਾਂ ਦੀ ਆਈਆਂ ਵੀ ਨਹੀਂ ਹੈਗੀਆਂ। ਸੋ ਇਹ ਦਾ ਕੋਈ ਮਤਲਬ ਉਹ ਹੈ ਤਾਂ ਕੋਵਿਡ ਰਿਲੇਟਡ ਹੀ ਆ, ਮਤਲਬ ਆਪਾਂ ਇਹ ਕਹਿ ਸਕਦੇ ਹਾਂ, ਪਰ ਜਾਣ ਬੁੱਝ ਕੇ ਕਰਨਾ ਉਹ ਨਹੀਂ ਗੱਲ ਲੱਗਦੀ ਜੀ। ਜੀ, ਗੁੱਡ ਟੂ ਨੋ। ਐਂਡ ਆਫ ਕੋਰਸ ਜਸਪ੍ਰੀਤ ਜੀ, ਜਿੱਥੇ ਯੂ ਨੋ ਵੋਟਿੰਗ ਐਂਡ ਸਿਟੀਜ਼ਨਸ਼ਿਪ ਦੀ ਗੱਲ ਆਉਂਦੀ ਹੈ, ਆਫ ਕੋਰਸ ਹੁਣ ਪ੍ਰੈਜ਼ੀਡੈਂਟ ਟਰੰਪ ਪੂਰੇ ਜ਼ੋਰ ਸ਼ੋਰ 'ਚ ਮਤਲਬ ਕੈਂਪੇਨ ਟ੍ਰੇਲ 'ਤੇ ਲੱਗੇ ਹੋਏ ਹੈ, ਵੱਖ ਵੱਖ ਉਹ ਸਿਟੀਜ਼ ਵਿੱਚ ਜਾ ਰਹੇ ਹੈ, ਰੈਲੀ ਸਟਾਈਲ ਅਪੀਅਰੈਂਸਿਸ ਕਰ ਰਹੇ। ਅਤੇ ਦੂਜੀ ਪਾਸੇ ਜੋ ਬਾਈਡਨ ਵੀ ਇਸ ਚੀਜ਼ ਦੇ ਵਿੱਚ ਹੁਣ ਸ਼ਾਮਿਲ ਹੋ ਚੁੱਕੇ, ਉਹਨਾਂ ਦੀ ਵੀ ਕੁਛ ਟ੍ਰਿਪਸ ਰੀਸੈਂਟਲੀ ਸਾਨੂੰ ਸੁਣਨ ਵੇਖਣ ਨੂੰ ਮਿਲੇ ਹੈ। ਬਟ ਪ੍ਰੈਜ਼ੀਡੈਂਟ ਟਰੰਪ ਨੇ ਰੀਸੈਂਟਲੀ ਬਹੁਤ ਇੰਟਰਸਟਿੰਗ ਸਟੇਟਮੈਂਟ ਅਲੈਜਡਲੀ ਕੀਤੀ, ਕਾਫੀ ਰਿਪੋਰਟਰਸ ਨੇ ਕਿਹਾ ਕਿ ਉਹਨਾਂ ਨੇ ਉਹਨਾਂ ਨੂੰ ਇਸ ਚੀਜ਼ ਸੁਣਿਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਵੈਟਰਨਸ ਨੂੰ ਕਾਫੀ ਆਪਾਂ ਕਹਿ ਸਕਦੇ ਹਾਂ ਮਾੜੀ ਚੀਜ਼ਾਂ ਕਹੀਆਂ। ਇਹ ਚੀਜ਼ ਦੇ ਵਿੱਚ ਮੈਂ ਜਾਣਨਾ ਚਾਹੁੰਦੀ ਹਾਂ, ਲਾਈਕ ਫਸਟ ਆਫ ਆਲ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕਮੈਂਟਸ ਪ੍ਰੈਜ਼ੀਡੈਂਟ ਟਰੰਪ ਵੱਲੋਂ ਵੈਟਰਨਸ ਦੇ ਖਿਲਾਫ ਯੂ ਨੋ ਉਹਨਾਂ ਨੂੰ ਹਰਟ ਵੀ ਕਰ ਸਕਦੇ ਆ, ਜਾਂ ਤੁਹਾਨੂੰ ਲੱਗਦਾ ਜੋ ਉਹਨਾਂ ਦਾ ਬੇਸ ਹੈ, ਜੋ ਪ੍ਰੈਜ਼ੀਡੈਂਟ ਟਰੰਪ ਦੇ ਸਪੋਰਟਰਸ ਹੈ, ਉਹ ਇਸ ਚੀਜ਼ ਨੂੰ ਨਾ ਤਾਂ ਮੰਨਣਗੇ, ਜਾਂ ਜਦੋਂ ਚਲੋ ਮੰਨ ਵੀ ਲੈਂਦੇ ਤਾਂ ਉਹਨਾਂ ਨੂੰ ਕੋਈ ਇਹਦਾ ਫਰਕ ਨਹੀਂ ਪੈਣਾ ਉਹਨਾਂ ਦੀ ਵੋਟ 'ਤੇ? ਇਸ ਤਰ੍ਹਾਂ ਅਸ਼ਮਿਤਾ ਜੀ, ਇਸ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਦੱਸਦਾ ਜਿਹੜਾ ਇਮੀਗ੍ਰੇਸ਼ਨ ਦਾ ਰੈਪ ਅਪ ਕਰਨ ਲਈ। ਉਹ ਬੇਸਿਕਲੀ ਇਹ ਆ ਕਿ ਜਿਹੜੀਆਂ ਇਮੀਗ੍ਰੇਸ਼ਨ ਕੋਰਟ ਦੀਆਂ ਨੋਨ ਡਿਟੇਨਡ ਹੀਅਰਿੰਗਸ ਨੇ, ਜਿਹਦੇ ਬਾਰੇ ਆਪਾਂ ਦੱਸਦੇ ਰਹਿੰਦੇ ਹਰ ਹਫ਼ਤੇ, ਉਹ ਨਿਊਯਾਰਕ ਅਤੇ ਕੈਲੀਫੋਰਨੀਆ ਦਾ ਸੈਨ ਫਰਾਂਸਿਸਕੋ ਅਤੇ ਸੈਕਰਾਮੈਂਟੋ ਲਈ ਆਹ ਮਹੀਨੇ ਦੇ ਐਂਡ ਤੱਕ ਪੋਸਟਪੋਨ ਹੋ ਗਈਆਂ, ਅਤੇ ਸੈਨ ਡੀਏਗੋ ਜਿਹੜਾ ਅਤੇ ਲੋਸ ਏਂਜਲਸ ਦੀਆਂ ਜਿਹੜੀਆਂ ਕੋਰਟਾਂ ਹੈਗੀਆਂ ਇਮੀਗ੍ਰੇਸ਼ਨ ਦੀਆਂ, ਉਹ 21 ਤਰੀਕ ਨੂੰ ਖੁੱਲ ਰਹੀਆਂ, ਸੈਨ ਡੀਏਗੋ 28 ਨੂੰ ਖੁੱਲ ਰਹੀ ਆ, ਅਤੇ ਜਿਹੜੀਆਂ ਐਰੀਜ਼ੋਨਾ ਦੀਆਂ ਕੋਰਟਾਂ ਨੇ ਉਹ ਵੀ ਖੁੱਲ ਰਹੀਆਂ 21 ਨੂੰ। ਬਾਕੀ ਜਿਹੜਾ ਨਿਊਯਾਰਕ ਆ 26 ਫੈਡਰਲ ਪਲਾਜ਼ਾ ਵੈਰਿਕ ਸਟਰੀਟ ਜਿੱਥੇ ਇਮੀਗ੍ਰੇਸ਼ਨ ਦੇ ਅਸਾਇਲਮ ਦੇ ਕੇਸ ਲੱਗਦੇ ਆ, ਉਹ ਵੀ ਪੋਸਟਪੋਨ ਹੋ ਗਏ 28 ਤੱਕ। ਸੋ 28 ਤਰੀਕ ਤੱਕ ਉਹ ਅਤੇ ਸੈਕਰਾਮੈਂਟੋ ਅਤੇ ਸੈਨ ਫਰਾਂਸਿਸਕੋ ਦੀਆਂ ਜਿਹੜੀਆਂ ਹੀਅਰਿੰਗਸ ਨੇ ਨੋਨ ਡਿਟੇਨਡ ਕੇਸਿਸ ਦੀਆਂ, ਉਹ ਮਤਲਬ ਪੋਸਟਪੋਨ ਨੇ, ਅਤੇ ਸੈਟਲ ਵਾਸ਼ਿੰਗਟਨ ਵਾਲੀਆਂ ਵੀ, ਅਤੇ ਬਾਕੀ ਥਾਵਾਂ 'ਤੇ ਕੋਰਟਸ ਖੁੱਲੀਆਂ ਨੇ, ਜਿਵੇਂ ਜਿਵੇਂ ਡਿਟਰੋਇਟ ਵਾਲੀ ਖੁੱਲੀ ਆ, ਕਲੀਵਲੈਂਡ ਵਾਲੀ ਆ, ਸ਼ਿਕਾਗੋ ਵਾਲੀ ਆ, ਉਹ ਖੁੱਲੀਆਂ ਨੇ। ਪਰ ਜਿਹੜੀਆਂ ਨਵੀਆਂ ਓਪਨਿੰਗਸ ਹੋਈਆਂ ਨੇ ਉਹ 3 ਹੀ ਨੇ, ਇੱਕ ਤਾਂ ਜਿਹੜੀਆਂ ਫੀਨਿਕਸ ਦੀਆਂ ਕੋਰਟਸ ਨੇ, ਅਤੇ ਇੱਕ ਲੋਸ ਏਂਜਲਸ ਏਰੀਆਜ਼ ਦੀਆਂ ਜਿਹੜੀਆਂ ਕੋਰਟ ਹੈਗੀਆਂ, ਆਲਿਵ ਸਟਰੀਟ ਅਤੇ ਵੈਨਸ ਬੁਲੇਵਾਰਡ ਅਤੇ ਇੱਕ ਸੈਨ ਡੀਏਗੋ। ਸੋ ਆਉਂਦੇ ਦਿਨਾਂ ਵਿੱਚ ਦੇਖਦੇ ਹਾਂ ਵੀ ਨਿਊਯਾਰਕ ਅਤੇ ਜਿਹੜਾ ਸੈਨ ਫਰਾਂਸਿਸਕੋ ਦੀਆਂ ਕੋਰਟਾਂ ਨੇ ਅਤੇ ਸੈਕਰਾਮੈਂਟੋ ਦੀਆਂ, ਇਹ ਹੁਣ ਕੀ ਅਕਤੂਬਰ ਦੇ ਪਹਿਲੇ ਦੂਜੇ ਹਫ਼ਤੇ 'ਚ ਖੁੱਲ੍ਹਦੀਆਂ।
ਸੋ ਇਹ ਜਿਹੜੀ ਹੈਗੀ ਦੇਖਣ ਵਾਲੀ ਗੱਲ ਹੋਏਗੀ ਤੇ ਜਿਹੜੀਆਂ ਡੇਟਸ ਨੇ ਉਹ ਆਪਣੇ ਆਪ ਹੀ ਉਹਨਾਂ ਦੇ ਅਟਾਰਨੀਜ਼ ਨੂੰ ਜਾਂ ਜੀ ਜਿਨ੍ਹਾਂ ਦੀਆਂ ਹੈਗੀਆਂ ਉਹਨਾਂ ਨੂੰ ਆ ਜਾਣਗੀਆਂ। ਹੁਣ ਜਿਹੜੀ ਗੱਲ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਦੇ ਬਿਆਨ ਬਾਰੇ, ਇਹ ਇਸ ਤਰ੍ਹਾਂ ਇੱਕ ਅਟਲਾਂਟਿਕ ਮੈਗਜ਼ੀਨ ਆ ਸ਼ਮਿਤਾ ਜੀ, ਜਿਹਦੇ ਕਿ ਜਿਹੜੇ ਐਪਲ ਦੇ ਪਹਿਲੇ CEO ਸੀ ਜਿਹਨਾਂ ਦੀ ਡੈਥ ਹੋ ਗਈ ਆ, ਉਹਨਾਂ ਦੀ ਜਿਹੜੀ ਵਾਈਫ ਆ ਉਹ ਇਹਦੀ ਮੇਜਰ ਸ਼ੇਅਰ ਹੋਲਡਰ ਆ, ਉਹ ਇਹਦੀ ਕਹਿ ਲਓ ਵੀ ਓਨਰ ਆ ਇਸ ਮੈਗਜ਼ੀਨ ਦੀ ਹੁਣ। ਤੇ ਇਹ ਮੈਗਜ਼ੀਨ ਬਹੁਤ ਪੁਰਾਣੀ ਆ, ਇਹ 100 ਸਾਲ ਤੋਂ ਉੱਪਰ ਇਹਦੀ ਹਿਸਟਰੀ ਆ। ਤੇ ਇਹ ਮੈਗਜ਼ੀਨ ਦੇ ਵਿੱਚ ਇੱਕ ਖਬਰ ਛਪੀ ਕਿ ਪ੍ਰੈਜ਼ੀਡੈਂਟ ਟਰੰਪ ਜਦੋਂ ਫਰਾਂਸ ਗਏ 2 ਸਾਲ ਪਹਿਲਾਂ, ਤਾਂ ਉੱਥੇ ਜਿਹੜੇ ਵਰਲਡ ਵਾਰ 1 ਦੇ ਵਿੱਚ ਅਮੈਰੀਕਨ ਸੋਲਜਰ ਸ਼ਹੀਦ ਹੋਏ ਸੀ, ਉਹ ਦੇਖੋ ਜਾ ਕੇ ਉੱਥੇ ਮਤਲਬ ਫਰਾਂਸ ਨੂੰ ਬਚਾਉਣ ਵਾਸਤੇ ਹੋਏ, ਤੇ ਉਹਨਾਂ ਦੀ ਸੈਮੀਟਰੀ ਬਣੀ ਆ, ਤੇ ਉੱਥੇ ਜਿਹੜੇ ਪ੍ਰੈਜ਼ੀਡੈਂਟ ਜਾਂਦੇ ਨੇ ਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਆ। ਤੇ ਇਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਜਾਓ, ਤੇ ਇਹ ਕਹਿੰਦੇ ਵੀ ਮੀਂਹ ਪੈਂਦਾ ਮੇਰੇ ਵਾਲ ਖਰਾਬ ਹੋ ਜਾਣਗੇ, ਮੈਂ ਨਹੀਂ ਜਾਣਾ। ਤੇ ਉੱਥੇ ਇਹਨਾਂ ਨਾਲ ਜਿਹੜਾ ਕੋਈ ਮਤਲਬ ਐਡਮਿਨਿਸਟ੍ਰੇਸ਼ਨ ਦੇ ਬੰਦੇ ਜਾਂ ਇਹਨਾਂ ਦੇ ਨਾਲ ਦੇ ਸਟਾਫ ਦੇ ਬੰਦਿਆਂ ਨੇ ਇਨਸਿਸਟ ਕੀਤਾ ਹੋਣਾ ਵੀ ਜਾਣਾ ਚਾਹੀਦਾ, ਤੇ ਉਹਨਾਂ ਨੂੰ ਇਹਨਾਂ ਨੇ ਫਿਰ ਗੁੱਸੇ 'ਚ ਆ ਕੇ ਕਿਹਾ ਵੀ ਮੈਂ ਉੱਥੇ ਕੀ ਲੈਣ ਜਾਣਾ, ਉਹ ਤਾਂ ਲੂਜ਼ਰ ਸੀਗੇ ਜਿਹੜੇ ਉੱਥੇ ਮਤਲਬ ਫੌਜੀ ਮਰੇ ਆ। ਇਸ ਤੋਂ ਬਾਅਦ ਇੱਕ ਹੋਰ ਥਾਂ 'ਤੇ ਇਹਨਾਂ ਨੇ ਕਿਹਾ ਵੀ ਜਿਹੜੇ ਵੀਅਤਨਾਮ ਬੰਦੇ ਗਏ ਸੀ ਜਾਂ ਉੱਥੇ ਜਿਹੜੇ ਫੌਜੀ ਆਪਣੇ ਸ਼ਹੀਦ ਹੋਏ ਸੀ ਵੀ ਉਹ ਜਿਹੜੇ ਸਕਰਸ ਆ। ਫਿਰ ਇਹਨਾਂ ਨੇ ਇੱਕ ਥਾਂ 'ਤੇ ਜਿਹੜਾ ਸੈਂਟਰ ਮਕੇਨ ਆ, ਜਦੋਂ ਇਹਨਾਂ ਦੀ ਉਹਨਾਂ ਨਾਲ ਬਣਦੀ ਨਹੀਂ ਸੀ, ਉਹਨਾਂ ਨੂੰ ਵੀ ਕਿਹਾ ਸੀ ਵੀ ਉਹ ਲੂਜ਼ਰ ਆ, ਅਤੇ ਉਹ ਇਹਨਾਂ ਨੇ ਇਹ ਵੀ ਕੁਐਸਚਨ ਕੀਤਾ ਸੀ ਵੀ ਜੇ ਉਹ ਕਸਟਡੀ 'ਚ ਰਿਹਾ ਉਹਨਾਂ ਦੀ 'ਚ ਮਤਲਬ ਉਹ ਫੜੇ ਗਏ ਸੀ ਵਾਰ 'ਤੇ, ਉਹ ਮਤਲਬ ਹੀਰੋ ਕਿੱਦਾਂ ਬਣ ਗਏ। ਅਤੇ ਇੱਦਾਂ ਦੀਆਂ ਗੱਲਾਂ ਇਹਨਾਂ ਨੇ ਮਤਲਬ ਉਹ ਜਿਹੜੀਆਂ ਕਈਆਂ ਆਡੜਤਾਵਾਂ 'ਤੇ ਤਾਂ ਉਹ ਮੈਗਜ਼ੀਨ ਨੇ ਰਿਪੋਰਟ ਕੀਤੀਆਂ। ਅਤੇ ਅਫਕੋਰਸ ਪ੍ਰੈਜ਼ੀਡੈਂਟ ਟਰੰਪ ਅਤੇ ਉਹਨਾਂ ਦੀ ਜਿਹੜੀ ਸਾਰੀ ਟੀਮ ਆ ਉਹਨੇ ਡਿਨਾਈ ਕੀਤਾ ਵੀ ਅਸੀਂ ਇਹ ਬਿਲਕੁਲ ਨਹੀਂ ਕਿਹਾ, ਇਹ ਝੂਠ ਆ। ਪਰ ਜਿਹੜੀ ਇਹਦੀ ਗੱਲ ਇਸ ਕਰਕੇ ਜ਼ਿਆਦਾ ਫੈਲ ਗਈ ਕਿਉਂਕਿ ਜਿਹੜੀਆਂ ਇੰਡੀਪੈਂਡੈਂਟ ਕਈ ਏਜੰਸੀਜ਼ ਨੇ ਜਿਵੇਂ AP ਵਾਲੇ ਹੋ ਗਏ, ਈਵਨ ਫੋਕਸ ਨਿਊਜ਼ ਵਾਲੇ ਹੋ ਗਏ, CNN ਵਾਲੇ ਹੋ ਗਏ, NBC ਵਾਲੇ, ਉਹਨਾਂ ਨੇ ਆਪਣੇ ਸੋਰਸਿਸ ਤੋਂ ਵੇਰੀਫਾਈ ਕੀਤਾ ਤਾਂ ਇਹ ਪਤਾ ਲੱਗਿਆ ਵੀ ਇਹ ਸੱਚ ਹੈ ਅਤੇ ਇਹ ਠੀਕ ਹੈ। ਅਤੇ ਕਿਉਂਕਿ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵਿੱਚ ਜਿਹੜੇ ਆਰਮੀ ਦੇ ਬੰਦੇ ਇਹਨਾਂ ਨੇ ਆਪ ਹੀ ਲਾਏ ਸੀ, ਜਿਵੇਂ ਜਨਰਲ ਮੈਟਿਸ ਲਾਏ ਸੀਗੇ, ਜਨਰਲ ਕੈਲੀ ਲਾਏ ਸੀਗੇ, ਹੋਮਲੈਂਡ ਸਿਕਿਉਰਿਟੀ ਦੇ ਬਾਅਦ ਚੀਫ ਆਫ ਸਟਾਫ, ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਨੇ ਅਪੁਆਇੰਟਮੈਂਟ ਕੀਤੀਆਂ ਸੀ ਲੋਅਰ ਲੈਵਲ 'ਤੇ, ਜਿਹੜੀਆਂ ਡਿਪਾਰਟਮੈਂਟ ਆਫ ਡਿਫੈਂਸ ਦੇ ਵਿੱਚ ਕੀਤੀਆਂ ਜਾਂ ਹੋਮਲੈਂਡ ਸਿਕਿਉਰਿਟੀ 'ਚ ਕੀਤੀਆਂ, ਉਹ ਬੰਦੇ ਛੱਡ ਕੇ ਚਲੇ ਗਏ ਕਿਸੇ ਕਾਰਨ ਕਰਕੇ। ਉਹ ਮਤਲਬ ਪੱਤਰਕਾਰਾਂ ਨੂੰ ਇੱਦਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਖਬਰਾਂ ਉਹ ਦਿੰਦੇ ਆ। ਹਾਂਜੀ ਜੀ, ਹੁਣ ਜੀ ਇੱਕ ਫੋਕਸ ਨਿਊਜ਼ ਦੀ ਰਿਪੋਰਟਰ ਵਾਈਟ ਹਾਊਸ ਦੀ, ਉਹਦੇ ਨਾਲ ਵੀ ਇਹਨਾਂ ਦੀ ਤਕਰਾਰ ਹੋਈ, ਉਹਨੇ ਕਿਹਾ ਵੀ ਇਹ ਜਿਹੜੀ ਖਬਰ ਹੈਗੀ ਆ ਇਹ ਮੈਂ ਆਪਣੇ ਸੋਰਸਿਸ ਤੋਂ ਵੈਰੀਫਾਈ ਕੀਤਾ ਤੇ ਖਬਰ 80% ਠੀਕ ਆ। ਤੇ ਟਰੰਪ ਸਾਹਿਬ ਗੁੱਸੇ 'ਚ ਆ ਗਏ ਤੇ ਇਹਨਾਂ ਨੇ ਕਿਹਾ ਵੀ ਤੈਨੂੰ ਤਾਂ ਫੋਕਸ ਨਿਊਜ਼ 'ਚ ਹੋਣਾ ਨਹੀਂ ਚਾਹੀਦਾ, ਫੋਕਸ ਨਿਊਜ਼ ਨੂੰ ਮਤਲਬ ਫਾਇਰ ਕਰ ਦੇਣਾ ਚਾਹੀਦਾ। ਜੀ ਸੋ ਇਹ ਜਿਹੜੀ ਖਬਰ ਹੈ ਇਹ ਅੱਛਾ। ਉਸ ਤੋਂ ਬਾਅਦ ਇਕੱਲਾ ਉਹੀ ਨਹੀਂ, ਕੱਲ ਅਟਲਾਂਟਿਕ ਮੈਗਜ਼ੀਨ ਨੇ ਇੱਕ ਹੋਰ ਛਾਪਤੀ ਖਬਰ, ਉਹਨਾਂ ਨੇ ਕਿਹਾ ਵੀ ਇਹ ਤਾਂ ਪਹਿਲੀ ਆ ਜੀ, ਅਸੀਂ ਤਾਂ ਇਸ ਤੋਂ ਬਾਅਦ ਅਜੇ ਹੋਰ ਵੀ ਕੱਢਾਂਗੇ। ਉਹਨਾਂ ਨੇ ਕੱਲ ਇੱਕ ਹੋਰ ਕਰਤੀ ਆ ਤੇ ਉਹਦਾ ਹੈਡਿੰਗ ਹੈਗਾ ਕਿ ਐਵਰੀਬਡੀ ਨੋਜ਼ ਇਟਸ ਟਰੂ। ਤੇ ਉਹਦੇ 'ਚ ਉਹਨਾਂ ਨੇ ਮਤਲਬ ਹੋਰ ਵੀ ਕਈ ਜਿਹੜੇ ਆਰਮੀ ਵਾਲਿਆਂ ਨੂੰ ਦੀਆਂ ਇੰਟਰਵਿਊਜ਼ ਲਾਈਆਂ ਨੇ ਕਿ ਜਿਨ੍ਹਾਂ ਦੇ ਹੁਣ ਜਿਹੜੇ ਮਤਲਬ ਬੱਚੇ ਹੈਗੇ ਆ ਉਹ ਅਫਗਾਨਿਸਤਾਨ ਜਾਂ ਇਰਾਕ ਦੇ ਵਿੱਚ ਸ਼ਹੀਦ ਹੋਏ ਸੀ, ਤੇ ਉਹਨਾਂ ਨੂੰ ਜਿਵੇਂ ਹੁੰਦਾ ਇੱਥੇ ਟ੍ਰੈਡੀਸ਼ਨ ਆ ਵੀ ਪ੍ਰੈਜ਼ੀਡੈਂਟ ਕਾਲ ਕਰਦਾ ਜਿਹਨਾਂ ਨੂੰ ਕਿ ਜਿਹੜੇ ਉੱਥੇ ਵਿਚਾਰੇ ਆਪਣੀ ਜਾਨ ਗਵਾਉਂਦੇ ਆ। ਤੇ ਉਹ ਜਦੋਂ ਉਹ ਕਈ ਇਹਨਾਂ ਨੇ ਜਿਹੜੇ ਮਤਲਬ ਪੇਰੈਂਟਸ ਦੀਆਂ ਇੰਟਰਵਿਊਜ਼ ਲਾਈਆਂ ਉਹਦੇ 'ਚ, ਤੇ ਇੱਕ ਪੇਰੈਂਟ ਨੇ ਤਾਂ ਇਹ ਕਿਹਾ ਵੀ ਇਹ ਮੇਰੇ ਜਿਹੜਾ ਬੱਚੇ ਦਾ ਨਾਂ ਹੀ ਭੁੱਲ ਗਏ, ਇਹਨਾਂ ਨੂੰ ਪਤਾ ਨਹੀਂ ਸੀ ਵੀ ਨਾਂ ਕੀ ਆ, ਤੇ ਮੈਨੂੰ ਬੜਾ ਦੁੱਖ ਹੋਇਆ ਉਸ ਗੱਲ ਦਾ। ਤੇ ਇਸ ਤਰ੍ਹਾਂ ਦੀਆਂ ਮਤਲਬ ਕਈ ਗੱਲਾਂ ਜਿਹੜੀਆਂ ਹੈਗੀਆਂ ਉਹ ਹੈਗੀਆਂ ਜਿਹੜੀਆਂ ਕਿ ਅਗੇਂਸ, ਤੇ ਉਹਨਾਂ ਨੇ ਕਿਹਾ ਸੀਰੀਜ਼ ਇਹਦੀ ਮਤਲਬ ਜਾਰੀ ਰੱਖਾਂਗੇ। ਹੁਣ ਇਹਦਾ ਇੰਪੋਰਟੈਂਸ ਇਸ ਕਰਕੇ ਆ ਕਿ ਇੱਕ ਤਾਂ ਜਿਹੜੇ ਆਰਮੀ ਵਾਲੇ ਹੁੰਦੇ ਨੇ, ਖਾਸ ਕਰਕੇ ਉਹ ਬੰਦੇ ਜਿਹੜੇ ਲੜਾਈਆਂ ਵਿੱਚ ਸ਼ਹੀਦ ਹੋਏ ਨੇ, ਉਹ ਤਾਂ ਹਰੇਕ ਕੰਟਰੀ 'ਚ ਹੀ ਬਹੁਤ ਜ਼ਿਆਦਾ ਵੈਲ ਰਿਸਪੈਕਟਡ ਅਤੇ ਸਰਕਾਰਯੋਗ ਹੁੰਦੇ ਆ, ਅਤੇ ਅਮੈਰੀਕਾ ਦੇ ਵੀ ਤਾਂ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੀ ਕਿੰਨੀ ਰਿਸਪੈਕਟ ਆਪਾਂ ਵੈਟਰਨ ਡੇ ਮਨਾਉਂਦੇ ਹਾਂ, ਉਹ ਕੀਤੀ ਜਾਂਦੀ ਆ। ਅਤੇ ਇਹਦੇ ਨਾਲ ਨਾਲ ਜਿਹੜੀ ਇਹ ਵੀ ਮੰਨਿਆ ਜਾਂਦਾ ਵੀ ਜਿਹੜੀ ਵੈਟਰਨਸ ਦੀ ਵੋਟ ਆ, ਜਿਹੜੇ ਬੰਦੇ ਆਰਮੀ 'ਚ ਨੇ ਉਹਨਾਂ ਦੀ ਜਿਹੜੀ ਵੋਟ ਆ ਉਹ ਜ਼ਿਆਦਾ ਰਿਪਬਲਿਕਨ ਆ ਜੀ, ਕਿ ਉਹਨਾਂ ਦੇ ਵਿੱਚ ਆਲਮੋਸਟ 70% ਜਿਹੜੇ ਨੇ ਉਹ ਰਿਪਬਲਿਕਨ ਪਾਰਟੀ ਜਾਂ ਕੰਜ਼ਰਵੇਟਿਵ ਜਿਹੜੇ ਆਈਡੀਆਜ਼ ਨੇ ਉਹਨਾਂ ਨੂੰ ਵੋਟ ਪਾਉਂਦੇ ਆ ਆਰਮੀ ਦੇ ਵਿੱਚੋਂ, ਇਹ ਗੱਲ ਮੰਨੀ ਜਾਂਦੀ ਆ। ਜੀ ਸੋ ਇਹੋ ਜਿਹੀਆਂ ਗੱਲਾਂ ਦੇ ਨਾਲ ਜੇ ਉਹ ਵੋਟ 'ਤੇ ਅਸਰ ਪੈਂਦਾ ਤਾਂ ਉਹਦਾ ਉਹ ਇਹਨਾਂ ਦਾ ਵੋਟ ਬੈਂਕ ਆ ਰਿਪਬਲਿਕਨ ਪਾਰਟੀ ਦਾ ਜੀ, ਜੀ ਜਿਹੜਾ ਕਿ ਡੈਮੇਜ ਹੋ ਰਿਹਾ, ਉਸ ਕਰਕੇ ਇਹ ਗੱਲ ਬੜੀ ਜਿਹੜੀ ਹੈਗੀ ਆ ਇੰਪੋਰਟੈਂਟ ਸਮਝੀ ਜਾ ਰਹੀ ਆ। ਪਰ ਨਾਲ ਦੀ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਉਹਨਾਂ ਦੇ
ਐਡਮਿਨਿਸਟ੍ਰੇਸ਼ਨ ਜਾਂ ਕੰਪੇਨ ਆ ਉਹ ਡਿਨਾਈ ਕਰ ਰਹੀ ਆ, ਉਹ ਕਹਿ ਰਹੇ ਵੀ ਅਸੀਂ ਇਹ ਗੱਲ ਬਿਲਕੁਲ ਨਹੀਂ ਕਹੀ। ਆਫ ਕੋਰਸ, ਬਟ ਆਈ ਥਿੰਕ ਇਹ ਬਹੁਤ ਇੰਪੋਰਟੈਂਟ ਤੁਸੀਂ ਖਬਰ ਸਾਡੇ ਨਾਲ ਸ਼ੇਅਰ ਕੀਤੀ, ਬਿਕੋਜ਼ ਦੂਜੇ ਪਾਸੇ ਜੋ ਬਾਈਡਨ ਦੇ ਆਪਣੇ ਬੇਟੇ ਸਰਵ ਕਰ ਚੁੱਕੇ, ਸ਼ਹੀਦ ਵੀ ਹੋ ਚੁੱਕੇ ਹੈ ਵੈਟਰਨ ਦੇ ਤੌਰ 'ਤੇ, ਸੋ ਦੇਖਦੇ ਹਾਂ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੁੰਦੀ ਹੈ। ਬਟ ਡੈਫੀਨੇਟਲੀ ਇਹ ਤਾਂ ਹੁਣ 2 ਮਹੀਨੇ ਤੋਂ ਕਮ ਰਹਿ ਗਿਆ ਟਾਈਮ ਇਲੈਕਸ਼ਨ ਤੱਕ, ਸੋ ਬਹੁਤ ਇਹੋ ਜਿਹੀ ਸਟੋਰੀਜ਼ ਜਿੱਦਾਂ ਆਪਾਂ ਕਹਿੰਦੇ ਪੋਲ ਖੋਲਣ ਵਾਲੀ ਸਾਨੂੰ ਵੇਖਣ ਨੂੰ ਮਿਲਣਗੀ ਦੋਨੋਂ ਸਾਈਡਸ ਲਈ। ਬਟ ਐਨੀਵੇਜ਼ ਜਸਪ੍ਰੀਤ ਸਿੰਘ ਅਟਾਰਨੀ ਜੋ ਬਾਈਡਨ ਨੇ, ਤੇ ਮੈਂ ਗੱਲ ਦੱਸਦਾ ਵੀ ਉਹਨਾਂ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਤੇ ਲਾਸਟ ਵੀਕ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਮੈਨੂੰ ਬੜਾ ਦੁੱਖ ਹੋਈ, ਉਹਨਾਂ ਦਾ ਇੱਕ ਬੇਟਾ ਆਰਮੀ ਦੇ ਵਿੱਚ ਰਿਹਾ ਤੇ ਉਸ ਤੋਂ ਬਾਅਦ ਉਹ ਅਟਾਰਨੀ ਜਨਰਲ ਵੀ ਰਹੇ ਡੈਲਵੇਰ ਸਟੇਟ ਦੇ, ਤੇ ਉਹਨਾਂ ਦੀ ਪਿੱਛੇ ਜੇ ਕਈ ਸਾਲ ਪਹਿਲਾਂ ਡੈਥ ਹੋ ਗਈ ਸੀ ਬ੍ਰੇਨ ਕੈਂਸਰ ਨਾਲ, ਤੇ ਉਹ ਚ ਉਹਨਾਂ ਨੂੰ ਬ੍ਰੇਨ ਟਿਊਮਰ ਸੀਗਾ, ਤੇ ਉਹ ਕਹਿੰਦੇ ਆ ਵੀ ਉਹਨਾਂ ਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਵੀ ਏਦਾਂ ਦੇ ਵਰਡਸ ਵਰਤੇ ਗਏ ਜੇ ਵਰਤੇ ਗਏ। ਤੇ ਪਰ ਮਤਲਬ ਗੱਲ ਇਹ ਹੈਗੀ ਆ ਇਲੈਕਸ਼ਨ ਕੰਪੇਨ ਆ ਇਹਦੇ ਵਿੱਚ, ਹੁਣ ਇੱਕ ਆਹ ਵੀ ਗੱਲ ਪਿੱਛੇ ਉੱਠੀ ਕਿ ਇਹਨਾਂ ਨੇ ਕਿਹਾ ਟਰੰਪ ਸਾਹਿਬ ਨੇ ਵੀ 2 ਵਾਰੀ ਵੋਟ ਪਾਓ, ਉਹਦੇ ਜਿਸ ਤਰ੍ਹਾਂ ਸੀਗਾ ਕਿ ਇਹਨਾਂ ਨੇ ਕੰਪੇਨ ਚ ਕਿਹਾ ਇੱਕ ਥਾਂ ਤੇ ਕਿ ਜਿਹੜੇ ਬੰਦੇ ਮੇਲ ਇਨ ਬੈਲਟ ਕਰਦੇ ਆ ਮੇਕ ਸ਼ੋਰ ਕਰੋ ਵੀ ਤੁਹਾਡੀ ਵੋਟ ਪਹੁੰਚ ਵੀ ਗਈ ਆ ਕਿ ਨਹੀਂ ਜੀ, ਤੇ ਕਿਹਾ ਤਾਂ ਉਸ ਤਰੀਕੇ ਨਾਲ, ਪਰ ਮੀਡੀਏ ਨੇ ਨੂੰ ਇਹ ਲੱਗਿਆ ਵੀ ਕਹਿ ਰਿਹਾ ਵੀ ਦੋ ਵਾਰੀ ਪਾਓ, ਨਹੀਂ ਆਈ ਥਿੰਕ ਇਹ ਕਾਫੀ ਇਸ ਬਿਆਨ ਦੇ ਤੇ ਪੂਰਾ ਮੁੱਦਾ ਹੋ ਸਕਦਾ ਹੈ ਜਸਪ੍ਰੀਤ ਜੀ, ਤੇ ਲੀਗਲ ਤੌਰ ਤੇ ਜ਼ਰੂਰ ਤੁਹਾਨੂੰ ਲੈ ਕੇ ਆਉਂ ਕਿ ਵੋਟ 2 ਵਾਰੀ ਪਾਉਣ ਦਾ ਇਸ ਤਰ੍ਹਾਂ ਦਾ ਸੁਜੈਸ਼ਨ ਵੀ ਕਿੰਨੀ ਪ੍ਰੋਬਲਮੈਟਿਕ ਹੋ ਸਕਦੀ ਹੈ। ਬਟ ਐਨੀਵੇਜ਼ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਲਾਈਵ ਜੁੜੇ। ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ ਸਕਰੀਨ 'ਤੇ ਲਿਖੇ ਨੰਬਰ ਤੁਸੀਂ ਜਸਪ੍ਰੀਤ ਜੀ ਨੂੰ ਡਾਇਰੈਕਟਲੀ ਕੋਂਟੈਕਟ ਕਰ ਸਕਦੇ ਹੋ, ਉਹਨਾਂ ਦੇ ਆਫਿਸ ਨੇਸ਼ਨ ਵਾਈਡ ਖਾਸ ਕਰਕੇ ਨਿਊਯਾਰਕ ਕੈਲੀਫੋਰਨੀਆ ਦੇ ਵਿੱਚ ਹਨ। ਅਤੇ ਅਗਰ ਤੁਸੀਂ ਇਹ ਪ੍ਰੋਗਰਾਮ ਮਿਸ ਕਰਤਾ ਇਹਦਾ ਰਿਪੀਟ ਸ਼ਾਮ ਨੂੰ 9:30 ਪੈਸੀਫਿਕ, 12:30 ਈਸਟਰਨ, ਫਿਰ ਅੱਜ ਸ਼ਾਮ ਨੂੰ ਪਲੇ ਹੋਏਗਾ ਅਤੇ ਸੋਸ਼ਲ ਮੀਡੀਆ 'ਤੇ ਤੁਸੀਂ ਵੇਖ ਹੀ ਸਕਦੇ ਹੋ। ਜਸਪ੍ਰੀਤ ਜੀ ਥੈਂਕ ਯੂ ਫੋਰ ਜੁਆਇਨਿੰਗ ਅਸ, ਮਿਲਦੇ ਹਾਂ ਇਸ ਤਰ੍ਹਾਂ ਅਗਲੇ ਹਫ਼ਤੇ। ਹੈਵ ਅ ਗੁੱਡ ਰੈਸਟ ਆਫ ਯੂਰ ਵੀਕ, ਸਤਿ ਸ਼੍ਰੀ ਅਕਾਲ। ਬਾਕੀ ਵੀਅਰਸ ਤੁਸੀਂ ਸਾਨੂੰ ਵੀ ਲਿਖ ਸਕਦੇ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਇਸ ਪ੍ਰੋਗਰਾਮ ਨੂੰ ਲੈ ਕੇ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।